जो अज किया गया जी। हाँ जी, वैसे तो हम मीडिया नाल कोई ज्यादा गल करन दी गल रह नहीं सी गई, क्योंकि कल बहुत कुछ आप पढ़ सुन लिया सी। परंतु ये एक नवा इन्होंने नादरशाही फरमान लागू किया आ। मेरा ख्याल इतिहास पहली बार होया होना कि दीवान हाल मंजी साहब का रास्ता बंद होया हो। परले बन्नों लंगर साहब भी वाले पासों भी संगत की एंट्री बंद करती है। इधर गुरद्वारा अटल राज साहब तो इधर जो छोटा कोई रास्ता भी मंजी साहब नूं जांदा वह भी बंद करती है। पहला कल तो जदों शुरू होना सी मोर्चा कहिंदे सी दफ्तर साडा बंद हुंदा, ते हुण इन्हां ने अपने आप ही यह सारा कुछ बंद करता है। मैं कहूँगा इनू एक एड्डी वड्डी इन्हां ने कीती है बेईमानी शरारत। गुरु दे घर नूं एक सब जेल वांगू बनाता, आरजी जेल नहीं जिद्दां बनाउंदियां सरकारां जदों कोई इमीजिएटली उन्हां नूं लोड़ पैंदी है, ते उस तरीके दा इन्हां ने एड्डी वड्डी गुस्ताखी कर ली है। गुरु रामदास पातशाह दे पावन स्थान नूं एक जेल दा रूप देता, और उत्थों इन्हां दा अपना कुनबा बड़ी स्पीड नाल निकल रहा है, उन्हों कोई रोक नहीं है। परंतु जेड़ा कोई सिंह पाने वाला है उन्हों यह रोकदे है। पर इन्हां दी यह जड़ी माड़ी हरकत आ वो बड़ी भद्दी है। इन्हां नूं यह नहीं पता है कि दरियावां नूं नक्के नहीं लगते होंगे। संगत हड़ हैगा, संगत नूं रोकना नामुमकिन है। मैनू पता लग्या बाहर तो जान नहीं देंगे कि कुछ सिंह बाहर भी काफ़ी वड्डी मात्रा में एक मोर्चा शुरू हो गया। श्री गुरु रामदास पातशाह के घर की मर्यादा क्या कि हुण उन्हूं मोर्चे नूं असीं नहीं मैनेज कर रहे, कौन कर रहा, वह किदा करे, की होगा मर्यादा के नाल कई तरह का वो
ਖਿਲਵਾੜ ਖੋਣ ਦੇ ਖਦਸ਼ੇ ਆ। ਇਹ ਜਾਣ ਬੁੱਝ ਕੇ ਇਹ ਸ਼ਰਾਰਤਾਂ ਕਰ ਰਹੇ ਆ। ਪਤਾ ਨਹੀਂ ਇਹਨਾਂ ਨੂੰ ਸਲਾਹ ਕੌਣ ਦਿੰਦਾ, ਸ਼੍ਰੋਮਣੀ ਕਮੇਟੀ ਨੇ ਐਡਵਾਈਜ਼ਰ ਕਿਹੜੇ ਰੱਖੇ ਹੋਏ ਆ ਜਿਹੜੇ ਐਡਵਾਈਜ਼ਰ ਇਹ ਕਹਿੰਦੇ ਆ ਕਿ ਗੁਰਦੁਆਰਾ ਮੰਜੀ ਸਾਹਿਬ ਦਾ ਰਸਤਾ ਬੰਦ ਕਰ ਦਿਓ, ਦਰਬਾਰ ਸਾਹਿਬ ਦਾ ਰਾਹ ਬੰਦ ਕਰਕੇ ਕਿਧਰੇ ਨਰੈਣੂ ਮਹੰਤ ਵਾਲੀ ਘਟਨਾ ਨੂੰ ਦੁਹਰਾਉਣ ਦੇ ਯਤਨ ਕਰੀ। 1984 ਵਿੱਚ ਕਾਂਗਰਸ ਨੇ ਇਹ ਜਿਹੜੀ ਆ ਵੱਡੀ ਭੁੱਲ ਕੀਤੀ ਸੀ, ਇੱਥੇ ਫੌਜਾਂ ਚਾੜ੍ਹ ਕੇ ਅਤੇ ਕੀਰਤਨ ਬੰਦ ਕਰਾਉਣਾ ਜਾਂ ਸੰਗਤ ਦਾ ਆਵਾਜਾਈ ਬੰਦ ਕਰਨੀ, ਪਰੰਤੂ ਇਹ ਨਰੈਣੂ ਮਹੰਤ ਨੂੰ ਵੀ ਗਾਂਹ ਚਲੇ ਗਏ ਆ। ਕਾਂਗਰਸ ਸਰਕਾਰ ਵਾਲੀ ਜਿਹੜੀ 84 ਵਾਲਾ ਅਟੈਕ ਆ ਉਹਦੀ ਇੱਕ ਤਰ੍ਹਾਂ ਯਾਦ। ਮੈਂ ਸਵੇਰੇ ਸਿੰਘ ਸਾਹਿਬ ਇੱਥੇ ਮੈਂ ਬੀਬੀਆਂ ਦੋ ਤਿੰਨ ਵਿਚਾਰੀਆਂ ਬੜਾ ਕਰਲਾਟਮਈ ਰੂਪ ਵਿੱਚ ਇੱਥੇ ਸੰਗਤਾਂ ਮਿਲਕਦੀਆਂ ਦੇਖੀਆਂ। ਉਹਨਾਂ ਨੂੰ ਇੱਦਾਂ ਲੱਗਦਾ ਕਿ ਪਤਾ ਨਹੀਂ ਕੀ ਹੋਣ ਵਾਲਾ ਹੈਗਾ, ਪਰੰਤੂ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਬੈਠੀ ਹੋਈ ਸੰਗਤ ਨੂੰ ਇੱਕ ਜੇਲ੍ਹ ਦੇ ਵਿੱਚ ਤਬਦੀਲ ਕਰਨਾ ਇਹ ਬੜਾ ਮੰਦ ਪੱਕਾ। ਕੀ ਅਗਲਾ ਪ੍ਰੋਗਰਾਮ ਕੀ ਹੈ ਸਿੱਖ ਜਥੇਬੰਦੀਆਂ? ਪ੍ਰੋਗਰਾਮ ਤਾਂ ਹੁਣ ਆਪਣਾ ਉਹ ਹੈਗਾ ਹੀ ਆ ਜੀ, ਕੱਲ੍ਹ ਦਾ 328 ਸਰੂਪ ਪਲੱਸ 450 ਜਿਹੜੀਆਂ 9 ਮੰਗਾਂ ਉਹ 'ਤੇ ਕਾਇਮ। ਹੋ ਸਕਦਾ ਹੋਰ ਕੁਛ ਤਿੱਖਾ ਹੋ ਜਾਵੇ ਇਹ ਕਰਵਾ ਲੈਣਗੇ, ਜਿਵੇਂ ਹੁਣ ਬਾਹਰ ਲੱਗ ਗਿਆ ਸੰਗਤ ਆ ਗਈ, ਜੇ ਕੋਈ ਸੰਗਤ ਬਾਬੇ ਟਲ ਰਾਏ ਵੱਲ ਦੀ ਆ ਗਈ ਕੋਈ 20-50 ਉੱਥੇ ਵੀ ਬਹਿ ਜਾਣਗੇ, ਫਿਰ ਤਾਂ ਉਹ ਲੰਮਾ ਚੱਕਰੇ ਚੱਲਣ ਦੇ ਆਸ਼ੰਕੇ। ਕਿਤੇ ਇੱਦਾਂ ਲੱਗਦਾ ਜਿੱਦਾਂ ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਕਦਮ ਚੱਕਿਆ ਗਿਆ। ਗੁਰੂ ਬਾਬੇ ਦੀ ਨੀਤ ਕੀ ਆ, ਗੁਰੂ ਸਾਹਿਬ ਕੀ ਕਰਾਉਣਾ ਚਾਹੁੰਦੇ ਆ, ਉਹ ਮੈਨੂੰ ਤੁਹਾਡਾ ਸ਼ੰਕਾ ਜਾਇਜ਼ ਲੱਗਦਾ ਆ ਵੀ ਸ਼ਾਇਦ ਗੁਰੂ ਸਾਹਿਬ ਨੂੰ ਕੁਝ ਇਹ ਭਾਉਂਦਾ ਹੋਵੇ, ਕਿਉਂਕਿ ਇਹਨਾਂ ਦੀ ਮੱਤ ਵੱਜ ਚੁੱਕੀ ਆ ਨਾ। ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਆ ਫਿਰ ਇਹੋ ਜਿਹੀਆਂ ਗਲਤੀਆਂ ਹੋਣੀਆਂ ਸੁਭਾਵਿਕ ਆ। ਭਾਈ ਬਲਬੀਰ ਸਿੰਘ, ਅੱਜ ਜਿਹੜੇ ਇਹਨਾਂ ਨੇ ਰਸਤੇ ਬੰਦ ਕਰਤੇ ਦਰਬਾਰ ਸਾਹਿਬ ਦੇ ਔਰ ਸੰਗਤ ਨੂੰ ਆਉਣ ਤੋਂ ਰੋਕਿਆ ਜਾ ਰਿਹਾ, ਇਹ ਰਸਤੇ ਤਾਂ ਬੰਦ ਕਰ ਲਏ ਇਹਨਾਂ ਨੇ, ਪਰ ਰਸਤੇ ਬੰਦ ਕਰ ਲੱਗੇ ਕਿਹੜੀ ਇਹਨਾਂ ਦੀ ਅੰਤਰਲੀ ਕਮੇਟੀ ਬੈਠੀ ਆ ਕਿ ਜਿਹਨੇ ਮਤਾ ਪਾਤਾ ਵਾ ਕਿ ਰਸਤੇ ਬੰਦ ਕਰ ਦਿਓ? ਜਦੋਂ ਅਸੀਂ ਪਰਚੇ ਦੀ ਗੱਲ ਕਰਦੇ ਤਾਂ ਕਹਿੰਦੇ ਅੰਤਰੀ ਕਮੇਟੀ ਕੋਈ ਬਵੇਗੀ ਅਤੇ ਉਹ ਮਤਾ ਪਾਵੇਗੀ ਅਤੇ ਫਿਰ ਰਿਜੈਕਟ ਮੈਂਬਰ ਜਿਹੜੇ ਆ ਉਹ ਪਰਚਾ ਦਰਜ ਕਰਾ ਸਕਦੇ, ਉਹਦਾ ਪਰਚਾ ਨਹੀਂ ਦਰਜ ਕਰਾ ਸਕਦੇ। ਇਹ ਜਿਹੜਾ ਰਾਤ ਹੀ ਇਹਨਾਂ ਨੇ ਤੀਨਾ ਲਾ ਕੇ ਗੁਰੂ ਰਾਮਦਾਸ ਦੇ ਘਰ ਜਾਣ ਵਾਲਿਆਂ ਨੂੰ ਰਸਤੇ, ਜਿਵੇਂ ਬਾਬੇ ਟਲ ਰਾਏ ਦਾ ਜਿਹੜਾ ਮੇਨ ਰਸਤਾ ਉਹ ਵੀ ਬਿਲਕੁਲ ਐਨ ਬੰਦ ਕਰ ਦਿੱਤਾ, ਬਾਬੇ ਟਲ ਰਾਏ ਤੋਂ ਆਉਣ ਵਾਲਾ ਜਿਹੜਾ ਦਰਵਾਜ਼ਾ ਲੱਗਾ ਮੇਨ ਲੱਕੜ ਦਾ ਉਹ ਵੀ ਬੰਦ ਕਰ ਦਿੱਤਾ ਗਿਆ। ਇੱਧਰੋਂ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਜੋੜਾ ਘਰ ਤੋਂ ਜਾਂ ਰਸਤਾ ਬਿਲਕੁਲ ਉਹ ਵੀ ਉੱਧਰੋਂ ਆਉਣ ਵਾਲਾ ਰਸਤਾ ਬਿਲਕੁਲ ਬੰਦ ਕਰ ਦਿੱਤਾ ਗਿਆ। ਜਿਹੜਾ ਮੇਨ ਲੰਗਰ ਹਾਲ ਤੋਂ ਅੰਦਰ ਗੁਰੂ ਅਰਜਨ ਦੇਵ ਨਿਵਾਸ ਤੋਂ ਆਪਾਂ ਐਂਟਰੀ ਕਰੀਦੀ ਆ, ਮੇਨ ਉਹ ਦਰਵਾਜ਼ਾ ਬਣ ਜਾਂਦਾ ਵਾ ਲੰਗਰ ਹਾਲ ਦੇ ਲਾਗੇ, ਉਹ ਵੀ ਬਿਲਕੁਲ ਬੰਦ ਕਰ ਦਿੱਤਾ। ਕੇਵਲ ਦਰਬਾਰ ਸਾਹਿਬ ਨੂੰ ਜਾਣ ਵਾਲੀ ਸੰਗਤ ਜਾਵੇਗੀ, ਜਿਹੜੇ ਇੱਥੇ ਮੋਰਚੇ ਦੇ ਵਿੱਚ ਉਹਨਾਂ ਨੂੰ ਬਹੁਤ ਜਾਣ ਵਾਸਤੇ ਇਹ ਮਨਾ ਕਰ ਰਿਹਾ ਕਿ ਉੱਥੇ ਨਹੀਂ ਜਾਣਾ। ਸਾਡੀਆਂ ਮੰਗਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਹਿੱਤ ਸਨ, ਪਰ ਇਹ ਬੰਦੇ ਜਿਹੜੇ ਆਉਂਦੇ ਕਿ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ, ਇਹ ਅਜੇ ਤੱਕ ਨਹੀਂ ਪਤਾ ਲੱਗ ਰਿਹਾ ਇਹਨਾਂ ਦਾ ਕਿ ਜੇ ਤੁਸੀਂ ਮੰਨਣ ਵਾਲੇ ਆ ਤਾਂ ਤੁਹਾਨੂੰ ਆਹ ਗੇਟ ਦਰਵਾਜ਼ੇ ਬੰਦ ਕਰਨ ਦੀ ਕੀ ਲੋੜ ਆ? ਜੇਕਰ ਤੁਹਾਨੂੰ ਕੋਈ ਸੰਗਤ ਗੁਰੂ ਕਰਕੇ ਪੁੱਛਦੀ ਆ ਤਾਂ ਤੁਹਾਨੂੰ ਗੁਰੂ ਦਾ ਵਾਸਤਾ ਤੁਸੀਂ ਸੰਗਤ ਦੇ ਵਿੱਚ ਦੱਸੋ, ਆਣ ਕੇ ਸਿਆਹੀ ਦੱਸ ਦਿਓ ਆਣ ਕੇ ਕਿ ਆਹ ਗੱਲ ਵਾ ਆਹ ਬੰਦੇ ਦੋਸ਼ੀ ਆ, ਤੁਸੀਂ ਆਪ ਯਾਰ ਜਿਹੜੇ ਉਹ ਲਿਆਉਂਦੇ ਆ ਮੀਡੀਆ ਦੇ ਵਿੱਚ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰ ਦਿਓ। ਅਤੇ ਅਸੀਂ ਕਾਨੂੰਨੀ ਕਾਰਵਾਈ ਤੋਂ ਬਾਅਦ ਜਿਹੜੀਆਂ ਪ੍ਰਾਈਵੇਟ ਪ੍ਰੈਸਾਂ ਦੀ ਮੰਗ ਕੀਤੀ ਆ ਉਹ ਵੀ, ਅਤੇ ਜਿਹੜੇ 250 ਸ੍ਰੀ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਕਨੇਡਾ ਕੌਰ ਸਿੰਘ ਨੂੰ ਭੇਜੇ ਸਨ 17 ਦੇ ਵਿੱਚ, ਅਤੇ 14 'ਚ ਭੇਜੇ ਸਨ ਮਲਕ ਨੂੰ, ਉਦੋਂ ਭੇਜੇ ਆ 417। ਅਸੀਂ ਉਹਨਾਂ ਦਾ ਹਿਸਾਬ ਲੈ ਕੇ ਇਹਨਾਂ ਕੋਲ ਉੱਠਣਾ ਵਾ ਕਿ ਉਹ ਕਿਹੜੇ ਤੁਸੀਂ ਫ੍ਰੀ ਖਾਤੇ 'ਚ ਭੇਜੇ ਆ ਧਰਮ ਪ੍ਰਚਾਰ ਕਮੇਟੀ ਵੱਲੋਂ, ਤੁਹਾਨੂੰ ਕਿੱਥੋਂ ਅਥਾਰਟੀ ਮਿਲ ਗਈ ਆ? ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਧੜਾ ਧਾਰ ਤੁਸੀਂ ਛਾਪ ਕੇ ਜਿੱਥੇ ਮਰਜ਼ੀ ਭੇਜੀ ਜਾਓ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ। ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਉਹ ਅੱਜ ਇਹਨਾਂ ਨੂੰ ਆਪਾਂ ਪੁੱਛ ਲਈਏ ਚੰਗੇ ਰਹਿ ਜਾਵਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਦਾ ਸਤਿਕਾਰ ਉਭਾਲ ਹੋ ਸਕੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਸਾਧ ਸੰਗਤ ਜੀ, ਤੁਹਾਨੂੰ ਪਤਾ ਹੀ ਆ ਕਿ ਨਰੈਣੂ ਨੂੰ ਕੁਝ ਨਹੀਂ ਘੱਟ ਰਹੇ, ਉਹਨਾਂ ਇੱਦਾਂ ਦਰਵਾਜ਼ੇ ਜਿਹੜੇ ਆ ਕੰਧਾਂ ਕਰਕੇ ਨਹੀਂ ਸੀ ਬੰਦ ਕੀਤੇ, ਉਹ ਤਾਂ ਉੱਦਾਂ ਚਲੋ ਕਰ ਲੈਂਦੇ ਹੁੰਦੇ ਸੀ, ਇਹਨਾਂ ਤਾਂ ਕੰਧਾਂ ਹੀ ਕਰਤੀਆਂ ਅੱਗੇ। ਵਾਹਿਗੁਰੂ। ਅਤੇ ਦੂਜੀ ਗੱਲ ਹੈ ਜਿਹੜੀ ਇਹਨਾਂ ਇੱਕ ਸਾਡੇ ਲਈ ਨਹੀਂ ਕੰਧਾਂ ਕੀਤੀਆਂ, ਇਹ ਗਠਰੀ ਘਰ ਆ, ਇੱਧਰ ਜੋੜੇ ਘਰ ਆ, ਇੱਧਰ ਇੱਕ ਸਰਾਂ ਆ, ਇੱਧਰ ਹਾਂਜੀ ਇਹ ਸਾਰੇ ਇੰਨੀ ਆਵਾਜ਼ਾਰੀ ਸੰਗਤ ਨੂੰ ਵੀ ਇਹ ਦੇਣ ਡੇ ਕਿ ਗੱਲ ਨਹੀਂ ਕਰਨ ਵਾਲੀ। ਜਿਨ੍ਹਾਂ ਵਿਚਾਰਿਆਂ ਦਾ ਸਮਾਨ ਗਠਰੀ ਘਰ 'ਚ ਪਿਆ ਵਾ ਉਹ ਵੀ ਆਵਾਜ਼ਾਰ ਹੋਣ ਡੇ ਆ, ਜਿਨ੍ਹਾਂ ਦੇ ਜੋੜੇ ਪਏ ਆ ਦੱਸਣ ਡੇ ਸਿੰਘ ਘੱਟ ਤੋਂ ਘੱਟ 20,000 ਜੋੜਾ ਪਿਆ ਇੱਥੇ, ਅਤੇ ਉਹ ਵੀ ਕੋਈ ਲੈਣ ਨਹੀਂ ਆਇਆ, ਉੱਧਰੋਂ ਲੰਘਣ ਨਹੀਂ ਦਿੱਤਾ ਨਾ।
ਅਤੇ ਇਹ ਸੰਗਤਾਂ ਨਾਲ ਵੀ ਇਹ ਜਿਹੜਾ ਵਾ ਇਹ ਦਗਾ ਕਮਾਉਣ ਡੇ, ਸਾਡੇ ਨਾਲ ਤਾਂ ਚਲੋ ਕਮਾਉਣਾ ਹੀ ਕਮਾਉਣਾ, ਅਸੀਂ ਹਿਸਾਬ ਲੈਣਾ ਹੈ ਗੁਰੂ ਸਾਹਿਬ ਦਾ। ਅਤੇ ਇਹ ਟੀਨਾਂ ਤੋਂ ਬਾਹਰ ਵੀ ਪ੍ਰਸ਼ਾਸਨ ਇਹਨਾਂ ਲਾ ਦਿੱਤਾ, ਟੈਕਸ ਫੋਰਸ ਇੰਨੀ ਲਾ ਦਿੱਤੀ ਹੈ ਕੋਈ ਗੱਲ ਨਹੀਂ ਕਰਨ ਵਾਲੀ, ਜਿਹੜਾ ਸਿੰਘ ਅੰਦਰੋਂ ਬਾਹਰ ਜਾਂਦਾ ਉਹਨੂੰ ਅੰਦਰ ਨਹੀਂ ਆਉਣ ਦਿੰਦੇ। ਵਾਹਿਗੁਰੂ। ਅਤੇ ਇਹ ਜਿਹੜਾ ਵਾ ਧੱਕਾ, ਇਹ ਧੱਕਾ ਕਿੰਨਾ ਕੁ ਚਿਰ ਚੱਲੂ, ਇੱਦਾਂ ਦਬਾਇਆ ਕਦੀ ਕੌਮਾਂ ਦੱਬੀਆਂ, ਇਹ ਵਹਿਮ ਜਿਹੜਾ ਵਾ ਵਹਿਮ ਦਿਲ ਦੇ ਵਿੱਚੋਂ ਇਹ ਕੱਢ ਲਏ, ਕਿਉਂਕਿ ਇੱਦਾਂ ਜਿਹੜੀਆਂ ਨਲੇਕੀਆਂ ਕੀਤੀਆਂ ਜਿਹੜੀਆਂ ਨਾ ਇਹ ਬਹੁਤ ਜ਼ਿਆਦਾ ਤੈਨੂੰ ਜਿੱਦਾਂ ਬਰਗਾੜੀ ਭਰਨਾ ਪਿਆ ਨਾ ਹਰਜਾਨਾ ਤੁਹਾਨੂੰ, ਅਤੇ ਇੱਦਾਂ ਇਹ ਜਿਹੜਾ ਇਹ ਬੜਾ ਤਗੜਾ ਮੋਰਚਾ, ਮੈਂ ਤੁਸੀਂ ਆਖੋ ਨਾ ਵੀ ਇਹ ਥੋੜ੍ਹੀਆਂ ਜਥੇਬੰਦੀਆਂ ਬੈਠੀਆਂ, ਅਤੇ ਇਹ ਖਰੇ ਸਾਡੀ ਗੱਲ ਬਣ ਜਾਣੀ ਆ। ਇਹ ਭਾਈ ਸਾਹਿਬ ਨੇ ਜਿੱਦਾਂ ਦੱਸਿਆ ਤੁਹਾਨੂੰ ਕਿ ਜੇ ਤਾਂ ਸਾਡੇ 'ਤੇ ਹੁਕਮ ਕਰਨਾ ਵਾ ਤਾਂ ਉਹ ਤਾਂ ਮਿੰਟ 'ਚ ਆਰਡਰ ਹੋ ਜਾਂਦੇ ਆ ਵੀ ਇੱਧਰ ਟੀਨਾ ਲਾ ਦਿਉ ਅਤੇ ਇੱਧਰ ਕੰਧਾਂ ਕਰ ਦਿਉ ਅਤੇ ਇੱਧਰ ਆਹ ਕਰ ਦਿਉ, ਅਤੇ ਜਦੋਂ ਗੱਲ ਆਉਂਦੀ ਆ ਜਿਹੜੇ ਇਹ ਕੰਮ ਕਰ ਸਕਦੇ ਆ ਉਹ ਸਾਰੇ ਜਿੰਨੇ ਵੀ ਅਸੀਂ ਕੰਮ ਅੱਗੇ ਪਰਚੇ ਦੇ ਕੇ ਜਾਂ ਮਹਾਰਾਜ ਦੇ ਸਰੂਪਾਂ ਦਾ ਹਿਸਾਬ ਪੁੱਛਿਆ ਜਾਂ ਉੱਥੇ 450 ਸਰੂਪ ਜਿਹੜਾ ਉੱਥੇ ਗਿਆ ਕੈਨੇਡਾ ਦੇ ਵਿੱਚ ਉਹਦਾ ਹਿਸਾਬ ਪੁੱਛਿਆ, ਉਹਦੇ ਵਿੱਚ ਤਾਂ ਕੋਈ ਨਿਆਂ ਨਹੀਂ ਦਿੰਦੇ। ਅਤੇ ਜਿਹੜੀਆਂ ਇਹ ਗੱਲਾਂ ਵਾ ਜੇ ਛਪਾਈ ਕਿਹਾ ਬੰਦ ਕਰਨ ਲਈ ਉਹ ਵੀ ਕੋਈ ਨਿਆਂ ਨਹੀਂ ਦਿੱਤਾ ਇਹਨਾਂ, ਜਦੋਂ ਵੀ ਗੱਲ ਇਹਨਾਂ ਨਾਲ ਕਰੀ ਦੀ ਆ ਉਹ ਪੁੱਠੇ ਬੰਨੇ ਨੂੰ ਜਾਂਦੇ ਆ, ਅੱਗੋਂ ਸਗੋਂ ਮਸ਼ਕਰੀਆਂ ਕਰਦੇ ਦੰਦ ਕੱਢ ਕੇ। ਅਤੇ ਪਰ ਇਹ ਜਿਹੜਾ ਵਾ ਇਹ ਹਰਜਾਨਾ ਇਹਨਾਂ ਨੂੰ ਭਰਨਾ ਪੈਣਾ ਵਾ, ਕੋਈ ਜ਼ਿਆਦਾ ਟਾਈਮ ਇਹ ਜਿਹੜਾ ਇਹ ਮੇਰੇ ਹਿਸਾਬ ਨਾਲ ਇਹ ਟਿਕਣਗੇ ਨਹੀਂ, ਇਹਨਾਂ ਕੋਲ ਤਖਤ ਦਾ ਵੀ ਮੇਰੇ ਹਿਸਾਬ ਨਾਲ ਹਿਸਾਬ ਸਾਨੂੰ ਨਾਲੇ ਹੀ ਹੁਣ ਲੈਣਾ ਪੈਣਾ ਵਾ, ਅਤੇ ਲੌਂਗੋਵਾਲ ਨੂੰ ਵੀ ਛੁੱਟੀ ਹੁਣ ਕਰਨੀ ਪੈਣੀ ਲੱਗਦੀ ਆ, ਕਿਉਂਕਿ ਅਸੀਂ ਆਖਿਆ ਸੀ ਵੀ ਸੰਗਤਾਂ ਦੀ ਚਲੋ ਥੱਲੇ ਦਾ ਕੰਮ ਕਰਾ ਲਈਏ ਦੂਜਾ ਦੂਜੇ ਕਿਹੜੇ ਕਰਾ ਲਾਂਗੇ, ਪਰ ਲੌਂਗੋਵਾਲ ਨੂੰ ਵੀ ਹੁਣ ਛੁੱਟੀ ਦੇਣੀ ਪੈਣੀ ਆ। ਅਤੇ ਇਸ ਕਰਕੇ ਜੋ ਇਹਨੇ ਡਾਂਗ ਵਾਉਣੀ ਸਾਨੂੰ ਅੱਜ ਡਾਂਗ ਵਾਵੇ, ਜੋ ਵੀ ਕਰਨਾ ਜਿਹੜਾ ਪਲੈਨਿੰਗ ਬਣਾਈ ਆ, 4 ਸਵੇਰੇ ਟਾਸਕ ਫੋਰਸ ਨਾਲ ਭਰਿਆ ਸਾਡਾ ਘੇਰਾ ਘੇਰਾ, ਇਹ ਵੀ ਕੰਮ ਅੱਜ ਕਰਕੇ ਹੀ ਵੇਖ ਲਏ, ਇਹ ਕਦੇ ਮਨ ਦੇ ਵਿੱਚ ਹੀ ਨਾ ਵਹਿਮ ਰਹਿ ਜੇ ਇਹਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।